तरनतारन पट्टी मार्ग अज सवेरे एक स्विफ्ट कार खड़े ट्रक नाल पिछों जा टकराई। तुहानू दस दिए कि हादसा इन्ना भयानक सी कि मौके ते ही दो औरतां दी मौत हो गई है, जबकि कार चालक गंभीर रूप विच जख्मी हो गया, जिस नू तरन तारन दे निजी हस्पताल विच भर्ती करवाया गया। मौके ते पहुंची पुलिस ने दस्या कि पिंड लोका निवासी ए परिवार सवेरे गुरुद्वारा शहीदा साहिब अमृतसर जा रहा सी कि पिंड तो कुछ दूरी ते ही इन्हां दी कार खड़े ट्रक नाल पिछों जा टकराई। इस हादसे विच दो औरतां दी मौत हो गई, जबकि मरण वाली औरत दा पति जो कार चला रहा सी जख्मी हो गया। उन्होंने दस्या कि लाशां कब्जे विच लैके अगली कार्रवाई शुरू कर दित्ती गई है। दस दिए कि हादसा इन्ना जबरदस्त सी कि कार दे परखच्चे भी उड़ गए ने। की मसला है साडे तुहाडे परिवार जने ने की गल पता है सारी? साडी भैण ते उहनां दी जठाणी ते जेठ तिने जाणे तड़के 5 बजे दे नाल टाला साहिब ऐतवार दा करके हर ऐतवार जांदे सी। अज भी तड़के ऐतवार 5 तो प्लस टाइम मतलब घरों निकले आ ते जंडोगियां दे लागे शाहपुर दे आधे जंडोगियां दे आधे च एक्सीडेंट होया आ। गड्डी खलोती सी उहदे विच स्विफ्ट गड्डी वज गई आ ते ड्राइवर जिहड़ा अमनदीप कौर दा घर वाला भैन साडी दा जेठ सी उह वज गया आ ते दोवां दी मौत हो गई है दराणी जठानी दी मौके ते। ਇਸ ਹਾਦਸੇ ਵਿੱਚ ਕੋਈ ਬੱਚਾ ਤਾਂ ਨਹੀਂ ਨਾਲ ਹੈਗਾ ਸੀ? ਨਹੀਂ ਜੀ, ਬੱਚਾ ਨਹੀਂ ਸੀ ਨਾਲ ਹੈਗਾ ਕੋਈ। ਅੱਛਾ ਜੀ। ਅੱਗੇ ਸਗੋਂ ਬੱਚੇ ਆਉਂਦੇ ਸੀ, ਅੱਜ ਸੈਨ ਪਰਮਾਤਮਾ ਨੇ ਉਹਨਾਂ ਨੂੰ ਰੱਖਣਾ ਸੀ ਤੇ ਤਾਂ ਕਰਕੇ ਨਹੀਂ ਨਾਲ ਆਏ। ਬਾਕੀ ਚਲੋ ਇਹਨਾਂ ਦੋਵਾਂ ਦੀ ਮੌਤ ਹੋ ਗਈ ਹੈ। ਤੇ ਕੀ ਕਾਰਵਾਈ ਕੀਤੀ ਗਈ ਪੁਲਿਸ ਵੱਲੋਂ ਪਰਿਵਾਰ ਦੀ? ਕਾਰਵਾਈ ਪਰਿਵਾਰ ਦੇ ਹੁਣ ਮੁਲਾਜ਼ਾ ਕਰਨ ਲਿਆਏ ਹਾਂ ਤੇ ਪੁਲਿਸ ਵੱਲੋਂ ਗੱਡੀ ਦੇ ਗੱਡੀ ਵਾਲੇ ਡਰਾਈਵਰ ਦੇ ਜਾਂ ਗੱਡੀ ਦੇ ਮਾਲਕ ਦੇ ਪਰਚਾ ਕਰ ਦਿੱਤਾ ਗਿਆ ਹੈ। ਘਰੋਂ ਘਰੋਂ ਆਏ ਸੀ ਤਾਲਾ ਸਾਹਿਬ ਨੂੰ ਮੱਥਾ ਟੇਕਣਾ ਆਪਣੇ ਪਰਿਵਾਰ ਸਮੇਤ ਦਰਾਣੀ ਠਾਣੀ ਦੇ ਨਾਲ ਮੁੰਡਾ ਹੈਗਾ ਸੀ, ਇਹਨਾਂ ਦਾ ਆਪਣੇ ਰਿਸ਼ਤੇਦਾਰ ਕੋਈ ਗੱਡੀ ਚਲਾਉਂਦਿਆ ਸੀ ਅਤੇ 72 ਦਾ ਟਾਈਮ ਸੀ ਹਿਸਾਬਪੁਰ ਲੱਗ ਕੇ ਇਹ ਤਰਨ ਤਾਰਨ ਤੋਂ ਟਾਲਾ ਸਾਹਿਬ ਆਪਣਾ ਪੱਟੀ ਤੋਂ ਲੌਕਾ ਤੋਂ ਲੌਕਾ ਤੋਂ ਟਾਲਾ ਤੋਂ ਮੱਥਾ ਟੇਕਣ ਜਾਂਦੇ ਸੀ। 5 ਵਜੇ ਚੜ੍ਹਿਆ ਤੜਕੇ ਅੱਗੋਂ ਇਹ ਨਹੀਂ ਪਤਾ ਕਿਸ ਤਰ੍ਹਾਂ ਸ਼ੁਰੂ ਹੋ ਗਿਆ, ਪਿੱਛੋਂ ਟਰੱਕ ਪਿੱਛੋਂ ਵੱਜ ਗਈ। ਅਤੇ ਗੱਡੀ 'ਚ ਕੌਣ ਕੌਣ ਸਵਾਰ ਸੀ? ਇਹ ਦੱਸੋ ਕਿਤੇ ਇੱਕ ਅਮਨਜੀਤ ਕੌਰ, ਇੱਕ ਪਰਮਜੀਤ ਮਨਪ੍ਰੀਤ ਕੌਰ, ਦੋਨੋਂ ਦਰਾਈ ਟਾਣੀਆਂ ਤੇ ਨਾਲ ਇੱਕ ਡਰਾਈਵਰ ਜਿਹੜਾ ਦਾ ਹਾਂ ਫੌਜੀ ਇਹ ਅਮਨਜੀਤ ਸਿੰਘ ਉਹਦਾ ਅਮਨਦੀਪ ਕੌਰ ਦਾ ਘਰ ਵਾਲਾ। ਤੇ ਇਸ ਹਾਦਸੇ ਵਿੱਚ ਕਿੰਨੇ ਜਾਣੇ ਦੀ ਡੈਥ ਹੋਈ ਜੀ? ਹਾਂਜੀ, ਕਿੰਨੇ ਜਾਣੇ ਦੀ ਡੈਥ ਹੋਈ? ਦੋ ਲੇਡੀ ਡੈਥ ਹੋਈ। ਕੀ ਕਾਰਵਾਈ ਕੀਤੀ ਪੁਲਿਸ ਵੱਲੋਂ? ਪਰਚਾ ਦਰਜ ਕਰਦੇ ਕਰਤਾ ਜੀ। ਪੱਟੀ ਤਰਨ ਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ, ਸਕਰੋਲ ਪੰਜਾਬ। ਬਾਰਿਸ਼ਾਂ ਤੇ ਹੜ੍ਹ ਪਾਣੀ ਨਾਲ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਸ਼ੇਸ਼ ਮੁਹਿੰਮ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਦੀ ਸ਼ੁਰੂਆਤ ਕੀਤੀ ਗਈ। ਇਸ ਸੰਬੰਧੀ ਪੰਜਾਬ ਸਰਕਾਰ ਨੇ ਵਿਆਪਕ ਪੱਧਰ ਉੱਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਤੇ ਮਲੇਰੀਆ ਦੇ ਮੁਫਤ ਟੈਸਟ ਅਤੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਗਈ ਹੈ। ਲਾਰਵਾ ਦੀ ਚੈਕਿੰਗ ਕਰਨ ਲਈ ਮੁਲਾਜ਼ਮਾਂ ਦੀ ਤੈਨਾਤੀ ਕਰਨ ਦੇ ਨਾਲ ਨਾਲ ਸ਼ਹਿਰ ਅਤੇ ਪਿੰਡਾਂ ਵਿੱਚ ਦਵਾਈ ਦੇ ਛਿੜਕਾਅ ਲਈ ਢੁਕਵੇਂ ਪ੍ਰਬੰਧਾਂ ਨੂੰ ਵੀ ਯਕੀਨੀ ਬਣਾਇਆ ਗਿਆ ਹੈ। ਹਰ ਸ਼ੁੱਕਰਵਾਰ ਡੇਂਗੂ ਤੇ ਵਾਰ